ਆਪਣੇ ਆਪ ਨੂੰ ਮੁੱਖ ਮੰਤਰੀ ਚਾਹੁੰਦਾ ਹੈ, ਇਕੱਲਾ ਮੋਹਰਾ ਰੱਖਿਆ ਭਗਵੰਤ ਮਾਨ, ਉਹਨੂੰ ਚੱਲਣ ਨਹੀਂ ਦਿੰਦਾ, ਉਹਨੂੰ ਬੋਲਣ ਨਹੀਂ ਦਿੰਦਾ, ਜੇ ਕੋਈ ਬਿਆਨ ਦੇਣਾ ਹੈ ਜਾਂ ਕੋਈ ਐਲਾਨ ਕਰਨਾ ਹੈ ਉਹ ਵੀ ਰਾਘਵ ਚੱਡਾ ਲਿਆਉਂਦਾ। ਸੋ ਇਸ ਕਰਕੇ ਲੋਕ ਪੰਜਾਬੀ ਪਾਰਟੀ ਨੂੰ ਚਾਹੁੰਦੇ ਹੈ ਜੋ ਸ਼੍ਰੋਮਣੀ ਅਕਾਲੀ ਦਲ ਹੈ। ਕੀ ਸਪਸ਼ਟੀਕਰਨ ਦਿੱਤਾ ਉਹਨਾਂ ਨੇ? ਤਿੰਨ ਵਾਰ ਉਹਦੇ ਕੋਲ ਗਈ ਹੈ, ਤਿੰਨ ਵਾਰ ਉਹਨੇ ਰਿਜੈਕਟ ਕਰਕੇ ਭੇਜੀ ਹੈ। ਉਹ ਇੰਨਾ ਝੂਠਾ ਹੈ, ਥੱਲੇ ਸਾਰੀ ਕਮੇਟੀ ਨੇ, ਕਮੇਟੀ ਦਾ ਚੇਅਰਮੈਨ ਕੇਜਰੀਵਾਲ ਹੈ, ਕਮੇਟੀ ਨੇ ਸਾਰਿਆਂ ਨੇ ਰਿਕਮੈਂਡ ਕੀਤਾ, ਇਹਨੇ ਰਿਜੈਕਟ ਕੀਤੀ ਹੈ। ਐਲ ਜੀ ਕੋਲੇ ਤਾਂ ਹੈ ਹੀ ਨਹੀਂ, ਇਹਨੇ ਥੱਲੇ ਹੀ ਰਿਜੈਕਟ ਕਰਤੀ। ਯਾਰ ਝੂਠਾ ਬੰਦਾ, ਆਹ ਤਾਂ ਝੂਠਾ ਹੈ। ਐਲ ਜੀ ਕੋਲੇ ਤਾਂ ਹੈ ਹੀ ਨਹੀਂ, ਇਹਨੇ ਆਪ ਤੁਹਾਡੇ ਕੋਲ ਰਿਕਾਰਡ ਚਿੱਠੀਆਂ ਦਿਖਾ ਦਿੰਦੇ ਜਿੱਥੇ ਇਹਨੇ ਰਿਜੈਕਟ ਕੀਤਾ, ਆਹ ਝੂਠਾ। ਉਹਨੂੰ ਤਾਂ ਜਾਣ ਕੇ ਬੋਲ ਰਿਹਾ ਐਲ ਜੀ ਕੋਲੇ, ਕਿਉਂਕਿ 20 ਦਿਨ ਟਪ ਜਾਣ, ਉਹਦੇ ਬਾਅਦ ਮੈਂ ਆਪਣੇ ਮੁੱਕਰ ਜੂੰਗਾ, ਮੈਨੂੰ ਕਿਸੇ ਪੁੱਛਣਾ ਨਹੀਂ। ਸਾਰੀਆਂ ਪਾਰਟੀਆਂ ਬਹੁਤ ਲੋਕਾਂ ਨੂੰ ਲੁਭਾਵਣੇ ਵਾਅਦੇ ਕਰ ਰਹੀਆਂ ਨੇ, ਤੁਸੀਂ ਆਪਣੇ ਪੋਲੀਟੀਕਲ ਰੋਟੀਆਂ ਸੇਕਣੀਆਂ ਠੀਕ ਹੈ, ਪਰ ਪੰਜਾਬ ਨੂੰ ਬਦਨਾਮ ਕਰਨਾ, ਪੰਜਾਬੀਆਂ ਨੂੰ ਬਦਨਾਮ ਕਰਨਾ, ਫਿਰ ਕਿਹੜਾ ਤੁਹਾਨੂੰ ਨੌਕਰੀ ਦਊਗਾ? ਜੇ ਤੁਸੀਂ ਸਾਰੇ ਪੰਜਾਬ ਦੇ ਅੰਦਰ, ਤੁਸੀਂ ਸਾਰੇ ਦੇਸ਼ ਦੇ ਸਾਹਮਣੇ, ਆਪ ਹੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਇੰਨਾ ਬਦਨਾਮ ਕੀਤਾ ਕਿ ਪੰਜਾਬੀ ਨਸ਼ੇੜੀ ਹੈ, ਕਿਹੜਾ ਤੁਹਾਨੂੰ ਨੌਕਰੀ ਦਊਗਾ? ਤੁਹਾਨੂੰ ਹਿੰਦੁਸਤਾਨ 'ਚ, ਦੁਨੀਆਂ 'ਚ ਕਿਹੜਾ ਤੁਹਾਡੇ ਇੱਥੇ ਅੱਗੇ ਇਨਵੈਸਟ ਕਰੂਗਾ? ਆਪਣੇ ਆਪ ਤੁਸੀਂ ਕਹੀ ਨਾ, ਸਾਡਾ ਅਸੀਂ ਤਾਂ ਸਾਡੇ ਕਰਜ਼ਾ ਹੀ ਹੋ ਗਏ, ਅਸੀਂ ਮਰ ਗਏ, ਲੁੱਟੇ ਗਏ, ਆਪਣੇ ਆਪ ਨੂੰ ਬਦਨਾਮ ਕਰੀ ਜਾਂਦੇ ਹਾਂ। ਆਹ ਸਾਰੇ ਜਿਹੜੀਆਂ ਪਾਰਟੀਆਂ ਨੈਸ਼ਨਲ ਪਾਰਟੀਆਂ ਜਾਣ ਕੇ ਪੰਜਾਬੀਆਂ ਨੂੰ ਬਦਨਾਮ ਕਰਦੀਆਂ। ਨਵਜੋਤ ਸਿੱਧੂ ਦੀ ਜਿਹੜੀ ਸਿਸਟਰ ਹੈ, ਉਹਨਾਂ ਨੇ ਉਹਦੇ ਐਲੀਗੇਸ਼ਨ ਲਾਏ ਨੇ। ਕਿਹਨੇ? ਨਵਜੋਤ ਸਿੱਧੂ ਜਿਹੜੀ ਉਹ ਸੰਬੰਧ, ਮੈਂ ਪਰਸਨਲ ਮੈਟਰ 'ਚ ਨਹੀਂ ਜਾਂਦਾ। ਚੰਗਾ, ਥੈਂਕ ਯੂ।